अज सनी इनकलेव सुख सेवा मल्टी स्पेशलिटी हॉस्पिटल पहुंचे हैं। इन्होंने अज इत कोई फ्री चेकअप कैंप लगाया जो कि यह अज नवी हॉस्पिटल की ओपनिंग पेशेंट नूं सहूलत दे रहे हैं। साडे नाल मौजूद ने डॉक्टर मनप्रीत, उन्हां नाल गलबात कर रहे हैं और पुछ रहे हैं की फैसिलिटीज अपने अपने कस्टमर नूं देंगे। मनप्रीत मैडम, थोड़ा स्वागत है साडे चैनल। सत श्री अकाल सर जी, थोड़ा भी स्वागत है सुख सेवा मल्टी स्पेशलिटी हॉस्पिटल दे विच। मैम, इहदे विच आपां अज जो कैंप लाया है, आपां की फैसिलिटीज देवांगे? सर, साडी कंसल्टेशन ऑर्थो दी, गायनी दी, पीडिया दी, जनरल मेडिसिन, न्यूरोलॉजी सारी फ्री है। ਸਾਡੇ ਜਿਹੜੇ ਟੈਸਟ ਨੇ, ਇਨਵੈਸਟੀਗੇਸ਼ਨਸ ਨੇ, ਉਹਦੇ ਵਿੱਚ ਅਸੀਂ ਰੈਂਡਮ ਬਲੱਡ ਸ਼ੂਗਰ, ਤੁਹਾਡੇ ਸਾਰੇ ਵਾਈਟਲਸ, ਤੁਹਾਡਾ ਜਨਰਲ ਕਲੀਨਿਕਲ ਟੈਸਟ ਜਿਹੜੇ ਹੁੰਦੇ ਨੇ, ਆਸਕਲਟੇਸ਼ਨ ਕਰਦੇ ਆ, ਪੇਸ਼ੈਂਟ ਨੂੰ ਸਾਰਾ ਚੈੱਕਅਪ ਕਰਦੇ ਆ, ਦੈਟ ਇਜ਼ ਫ੍ਰੀ ਆਫ ਕਾਸਟ। ਉਸ ਤੋਂ ਇਲਾਵਾ ਬਾਕੀ ਦੀ ਜਿਹੜੀ ਰੂਟੀਨ ਇਨਵੈਸਟੀਗੇਸ਼ਨ ਨੇ ਉੱਤੇ 30% ਆਫ ਤੇ ਮੈਡੀਸਿਨ ਦੇ ਉੱਤੇ 40% ਆਫ। ਮੈਮ, ਜੋ ਇਹ ਕੈਂਪ ਹੈ, ਕੈਂਪ ਦੀ ਕੀ ਡੇਟਸ ਹੈਗੀਆਂ, ਕਦੋਂ ਤੋਂ ਕਦੋਂ ਤੱਕ ਕਸਟਮਰ ਪੇਸ਼ੈਂਟ ਇਹਦਾ ਬੈਨੀਫਿਟ ਲੈ ਸਕਦਾ? ਸਰ, ਅੱਜ ਤੋਂ ਸਾਡੇ ਕੈਂਪ ਸ਼ੁਰੂ ਹੋਏ ਨੇ ਤੇ 10 ਤਰੀਕ ਤੱਕ ਸਾਡੇ ਕੈਂਪਸ ਨੇ ਤੇ ਸਾਰਿਆਂ ਦਾ ਬਹੁਤ ਸਵਾਗਤ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕੀ ਆਣ ਤੇ ਆਪਣਾ ਚੈੱਕਅਪ ਕਰਵਾਉਣ। ਇਸੇ ਬਹਾਨ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਦੌਰ ਕਿੱਦਾਂ ਦਾ ਚੱਲ ਰਿਹਾ ਹੈ ਤੇ ਸਾਰਿਆਂ ਲਈ ਟ੍ਰੀਟਮੈਂਟ ਵੈਸੇ ਵੀ ਬਹੁਤ ਕੰਪਲਸਰੀ ਹੈ। ਮੰਤਰੀ ਮੈਮ, ਜੋ ਆਪਾਂ ਅੱਜ ਕੱਲ ਫੈਸਿਲਿਟੀਜ਼ ਦੇਖ ਰਹੇ ਹਾਂ ਜੋ ਸਾਨੂੰ ਕਈ ਬੰਦੇ ਨਹੀਂ ਅਫੋਰਡ ਕਰ ਪਾ ਰਹੇ, ਕੋਈ ਆਪਾਂ ਨੂੰ ਬੈਡਸ ਦੀ ਰਿਕੁਆਇਰਮੈਂਟ ਹੈ, ਕਿਸੇ ਨੂੰ ਕੋਵਿਡ ਪੇਸ਼ੈਂਟ ਨੂੰ ਆਕਸੀਜਨ ਦੀ ਰਿਕੁਆਇਰਮੈਂਟ ਹੈ, ਕਿਆ ਇਹ ਜਿਹੀ ਚੀਜ਼ਾਂ ਸਾਰੀਆਂ ਕੁਝ ਇੱਥੇ ਅਵੇਲੇਬਲ ਹੈ ਜਾਂ ਆਪਾਂ ਨਾਰਮਲ ਟੈਸਟ ਕਰ ਰਹੇ ਹਾਂ? ਨਹੀਂ ਸਰ, ਸਾਡੇ ਕੋਲ ਸਾਰੇ ਟੈਸਟ ਅਵੇਲੇਬਲ ਨੇ, ਸਾਰੀ ਫੈਸਿਲਿਟੀਜ਼ ਅਵੇਲੇਬਲ ਨੇ। ਆਕਸੀਜਨ ਹੈ, HDU ਹੈ, ਕ੍ਰਿਟੀਕਲ ਕੇਅਰ ਹੈ, 24x7 ਡਾਕਟਰਸ ਅਵੇਲੇਬਲ ਨੇ, ਔਨ ਕਾਲ ਸਾਡੇ ਸੀਨੀਅਰ ਕੰਸਲਟੈਂਟਸ ਅਵੇਲੇਬਲ ਨੇ। ਹਰ ਤਰ੍ਹਾਂ ਦੀ ਫੈਸਿਲਿਟੀ ਤੁਹਾਨੂੰ ਇੱਥੇ ਪ੍ਰੋਵਾਈਡ ਕੀਤੀ ਜਾਏਗੀ। ਔਰ ਅਸੀਂ ਹਾਸਪਿਟਲ ਨੂੰ ਇਸ ਤਰ੍ਹਾਂ ਇਕਵਿਪਡ ਕੀਤਾ ਹੈ, ਇਸ ਤਰ੍ਹਾਂ ਹੀ ਬਣਾਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਹੁਣ ਜਿੱਦਾਂ ਕੋਰੋਨਾ ਦੀ ਥਰਡ ਲੇਅਰ ਵੀ ਡਿਕਲੇਅਰ ਕੀ ਗਈ ਹੈ, ਕੋਰੋਨਾ ਡੈਲਟਾ, ਕੋਵਿਡ ਡੈਲਟਾ, ਅਸੀਂ ਉਹਦੇ ਲਈ ਵੀ ਪੂਰੀ ਤਰ੍ਹਾਂ ਪ੍ਰਿਪੇਅਰ ਹਾਂ। ਔਰ ਅਸੀਂ ਇਸ ਵਕਤ ਕਹਿ ਰਹੇ ਨੇ ਕਿ ਜਿੱਦਾਂ ਬੱਚਿਆਂ ਨੂੰ ਜ਼ਿਆਦਾ ਖਤਰਾ ਹੈ ਤੇ ਅਸੀਂ ਆਪਣਾ ਜ਼ਿਆਦਾ ਰੁਝਾਨ ਵੀ ਨਿੱਕੂ ਡਿਪਾਰਟਮੈਂਟ ਬਣਾਉਣ ਦੀ ਤਰਫ ਹੀ ਕੀਤਾ ਹੈ। ਕਿੰਨਾ ਸਟਾਫ ਇੱਥੇ ਤੁਸੀਂ ਇਨਕਰੀਮੈਂਟ ਕੀਤੀ ਹੈ ਹਜੇ, ਮਤਲਬ ਡਾਕਟਰਸ ਜਾਂ ਸਟਾਫ ਨਰਸਿਸ ਜਾਂ ਲੈਬ ਟੈਕਨੀਸ਼ੀਅਨਸ ਸਾਰਿਆਂ ਨੂੰ ਮਿਲਾ ਕੇ ਕਿੰਨਾ ਸਟਾਫ ਹੋਏਗਾ ਇੱਥੇ? ਸਰ, ਸਾਰਿਆਂ ਨੂੰ ਅਗਰ ਮੈਂ ਇਨ ਟੋਟਲ ਮਿਲਾਵਾਂ ਤਾਂ ਸਾਡੇ ਕੋਲ 58 ਯੂ ਕੈਨ ਕਾਊਂਟ, 58 ਯੂ ਕੈਨ ਕਾਊਂਟ। ਉਸ ਤੋਂ ਇਲਾਵਾ ਸਾਡੇ ਜਿਹੜੇ ਔਨ ਕਾਲ ਨੇ ਉਹਨਾਂ ਨੂੰ ਵੀ ਮਿਲਾਈਏ ਤਾਂ ਸਾਡੇ ਕੋਲ ਅਸੀਂ 150 ਬੈੱਡ ਦਾ ਸਾਡਾ ਹਾਸਪਿਟਲ ਹੈ ਤੇ 80 ਦੀ ਸਾਡੇ ਕੋਲ ਪੂਰੀ ਸਟਾਫ ਦੀ ਫੈਸਿਲਿਟੀ ਹੈ। ਜੋ ਸਰਕਾਰ ਕਹਿੰਦੀ ਹੈ ਕੋਰੋਨਾ ਦੇ ਪ੍ਰੋਟੋਕੋਲਸ ਫਾਲੋ ਕਰੋ, ਇੱਕ ਸੀਟ ਲੈ ਛੱਡ ਕੇ ਬੈਠੋ, ਡਿਸਟੈਂਸਿੰਗ ਰੱਖੋ ਜਾਂ ਮਾਸਕ ਲਾਓ, ਆਪਾਂ ਆਪਣੇ ਸਟਾਫ ਨੂੰ ਗਾਈਡ ਕਰਨ ਦੇ ਨਾਲ ਨਾਲ ਕਿਆ ਆਪਾਂ ਕਸਟਮਰ ਪੇਸ਼ੈਂਟਸ ਨੂੰ ਵੀ ਗਾਈਡ ਕਰਦੇ ਹਾਂ ਔਰ ਆਪਾਂ ਇਹ ਪ੍ਰੋਟੋਕੋਲਸ ਜੋ ਸਰਕਾਰ ਦੇ ਰਹੀ ਹੈ ਉਹਨੂੰ ਫਾਲੋ ਕਰਾਂਗੇ ਜਾਂ ਕਰ ਰਹੇ ਹਾਂ? ਬਿਲਕੁਲ ਸਰ, ਇੱਥੇ ਸਾਰੇ ਪ੍ਰੋਟੋਕੋਲਸ ਫਾਲੋ ਹੋ ਰਹੇ ਨੇ। ਦੇਖੋ ਸਰ, ਅਸੀਂ ਪੇਸ਼ੈਂਟ ਨੂੰ ਦੋਨੋਂ ਤਰੀਕੇ ਨਾਲ ਸਮਝਾਉਂਦੇ ਹਾਂ, ਕਿਸੇ ਦੀ ਜੁਆਇੰਟ ਫੈਮਿਲੀ ਹੈ, ਨਿਊਕਲੀਅਰ ਫੈਮਿਲੀਜ਼ ਨੇ, ਅਸੀਂ ਉਹਨਾਂ ਨੂੰ ਸਮਝਾਉਂਦੇ ਹੋਏ ਸਾਰਾ ਕੁਝ ਦੱਸਦੇ ਹਾਂ ਕਿ ਤੁਸੀਂ ਅਗਰ ਘਰੇ ਹੀ ਹੋ ਔਰ ਤੁਹਾਡੇ ਘਰੇ ਕੋਈ ਕੋਵਿਡ ਪੋਜ਼ਿਟਿਵ ਹੋ ਜਾਏ ਤਾਂ ਕਿੱਦਾਂ ਦੇ ਪ੍ਰੀਕੋਸ਼ਨਸ ਲਓ, ਹਾਸਪਿਟਲ ਦੇ ਵਿੱਚ ਤੇ ਕਿੱਦਾਂ ਦੇ ਪ੍ਰੀਕੋਸ਼ਨਸ ਵਾਸਤੇ ਸਾਡੇ ਬਾਹਰ ਸਟਾਫ ਵੀ ਖੜੇ ਹੋਏ ਨੇ, ਉਹਨਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਜਾਂਦਾ ਹੈ ਤੁਸੀਂ ਕਿੱਦਾਂ ਹੈਂਡ ਵਾਸ਼ ਕਰਨੇ ਨੇ, ਕੀ ਖਾਣਾ ਹੈ, ਕਿੱਦਾਂ ਦੀ ਤੁਹਾਡੀ ਡਾਈਟ ਹੋਣੀ ਚਾਹੀਦੀ ਹੈ, ਅਗਰ ਤੁਸੀਂ ਡਾਇਬਟਿਕ ਹੋ ਜਾਂ ਹਾਈਪਰਟੈਂਸਿਵ ਹੋ ਜਾਂ ਤੁਹਾਨੂੰ ਕਿਸੇ ਵੀ ਹੋਰ ਤਰ੍ਹਾਂ ਦੀ ਕੋਈ ਵੀ ਕੋਮੋਰਬਿਡਿਟੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਉਸੇ ਤਰੀਕੇ ਵਾਸਤੇ ਬਚਾਅ ਵਾਸਤੇ ਪ੍ਰਿਪੇਅਰ ਕਰ ਸਕਦੇ ਹੋ। ਥੈਂਕ ਯੂ ਮੈਡਮ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕੀਤੇ, ਆਪਣੇ ਜੋ ਜੋ ਤੁਸੀਂ ਫੈਸਿਲਿਟੀਜ਼ ਦੇ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਤੇ ਤੁਹਾਡਾ ਵੀ ਕੀਮਤੀ ਸਮਾਂ, ਤੁਸੀਂ ਆਏ ਹੋ ਇਸ ਕੋਰੋਨਾ ਟਾਈਮ ਦੇ ਵਿੱਚ, ਥੈਂਕ ਯੂ ਸੋ ਮਚ। ਇਹ ਤੁਸੀਂ ਦੇਖ ਰਹੇ ਸੀ ਆਪਾਂ ਸੁਖ ਸੇਵਾ ਸਨੀਨ ਕਲੇਵ ਦੇ ਵਿੱਚ, ਅੱਜ ਡਾਕਟਰ ਮਨਪ੍ਰੀਤ ਦੇ ਨਾਲ ਰੂਬਰੂ ਹੋਏ ਆ, ਉਹ ਸਾਨੂੰ ਦੱਸ ਰਹੇ ਕਿ ਇੱਥੇ ਈਚ ਐਂਡ ਐਵਰੀ ਫੈਸਿਲਿਟੀ ਆਪਾਂ ਆਪਣੇ ਆਪਣੇ ਪੇਸ਼ੈਂਟਸ ਨੂੰ ਦੇਵਾਂਗੇ। ਕੋਵਿਡ ਬੈੱਡ ਵੀ ਅਵੇਲੇਬਲ ਹੈ, ICU ਬੈੱਡ ਵੀ ਅਵੇਲੇਬਲ ਹੈ, ਨਾਲ ਟੈਸਟ ਜੋ ਜੋ ਰਿਕੁਆਇਰਮੈਂਟ ਹੁੰਦੀ ਹੈ ਸਾਰਾ ਇਹਨਾਂ ਨੇ ਮਲਟੀ ਸਪੈਸ਼ਲਿਸਟ ਇੱਕ ਸਨੀਨ ਕਲੇਵ ਵਿੱਚ ਜੋ ਘਾਟ ਦੇਖੀ ਜਾ ਰਹੀ ਸੀ ਉਹਨੂੰ ਅੱਜ ਪੂਰਾ ਕਰਦੇ ਹੋਏ ਡਾਕਟਰ ਮਨਪ੍ਰੀਤ ਨੇ ਦੱਸਿਆ ਹੈ ਕਿ ਇਹਦੇ ਵਿੱਚ ਸਾਰੇ ਲੋਕੀ ਇਹਦੇ ਵਿੱਚ ਆਪਣੀ ਫੈਸਿਲਿਟੀ ਲੈਣ ਔਰ ਆਪਣਾ ਆਪਣਾ ਇਹਦੇ ਹਾਸਪਿਟਲ ਦਾ ਜੋ ਲਾਭ ਹੈ ਉਹ ਉਠਾਉਣ, ਜੋ ਨਹੀਂ ਅਫੋਰਡ ਕਰ ਪਾਉਂਦਾ ਕੋਈ 40 ਦਾ ਖਰਚਾ, ਮੈਕਸ ਦਾ ਖਰਚਾ, ਇਹ ਉਹਨਾਂ ਵਾਸਤੇ ਫ੍ਰੀ ਸੇਵਾ ਦੇਣ ਲਈ ਵੀ ਇੱਥੇ ਤਿਆਰ ਹੈ, ਜੋ ਇਹਨਾਂ ਨੇ 4 ਤੋਂ ਲੈ ਕੇ 10 ਤੱਕ ਕੈਂਪ ਵੀ ਲਾਇਆ।